ਨਾਮ ਹੈ ਤੁਹਾਡਾ? ਹਾਕਮ ਸਿੰਘ ਜੀ। ਹਾਕਮ ਸਿੰਘ ਜੀ, ਤੁਹਾਡਾ ਪਿੰਡ ਬੰਮਣਾ? ਹਾਂਜੀ। ਹਾਂ, ਕਿੰਨੇ ਭਾਈ ਹੋ? ਤਿੰਨ ਭਰਾ। ਕਿਹੜੇ ਕਿਹੜੇ? ਤਰਲੋਚਨ ਸਿੰਘ, ਸੱਜੂ ਸਿੰਘ, ਹਾਕਮ ਸਿੰਘ ਜੀ। ਹੁਣ ਡੈਥ ਕਿਹਦੀ ਹੋਈ ਹੈ? ਤਰਲੋਚਨ ਸਿੰਘ। ਹਾਂਜੀ, ਕੀ ਝਗੜਾ ਹੈ? ਉਹਨੇ ਕੀ ਕਿਹਾ ਤੁਹਾਨੂੰ ਜਿਹੜਾ ਕਿ ਤੁਸੀਂ ਉਹਦੇ ਕੋਈ ਸੱਟ ਲੱਗੀ? ਮੈਂ ਜਿਹਦਾ ਆਪਣੇ ਜਿਹੜਾ ਮੇਰੇ ਤੋਂ ਛੋਟਾ ਸੱਜੂ ਸਿੰਘ, ਉਹਦੀ ਰੋਟੀ ਲੈ ਕੇ ਗਿਆ ਅਤੇ ਉਹ ਬਿਮਾਰ ਸੀ ਇੱਕ ਦਿਨ ਪਹਿਲਾਂ। ਮੈਨੇ ਉਹਦੀ ਮਤਲਬ ਟ੍ਰੀਟਮੈਂਟ ਲਵੇ ਜਿਹੜਾ ਅਰੋੜਾ ਡਾਕਟਰ ਹੈ ਉਹ ਤੋਂ ਦਵਾਈ ਮੈਂ ਉਹਦੇ ਪੈਸੇ ਦੇਣ ਗਿਆ ਸੀ ਅਤੇ ਉਹਦੀ ਖਿਚੜੀ ਅਤੇ ਦਲੀਆ ਦੇਣ ਗਿਆ ਸੀ। ਉੱਥੇ ਜਾ ਕੇ ਕੀ ਹੋਇਆ ਖੇਤ? ਉਹ ਪਤਾ ਨਹੀਂ ਕਿੱਥੋਂ ਆਇਆ, ਮੈਂ ਉਹਦੇ ਉਹ ਡਾਕਟਰ ਨੇ ਇਹ ਕਿਹਾ, ਕਹਿੰਦਾ ਤੂੰ ਇਹਦੀ ਲੈਟਰਿੰਗ ਲੁਟਰਿੰਗ ਜਿੱਥੇ ਸਾਫ਼ ਕਰ ਤਾਂ ਮੈਂ ਗੁਲੂਕੋਸ਼ ਲਵਾਊਂਗਾ ਅਤੇ ਵੀ ਮੈਂ ਇਹੋ ਜਿਹੇ ਗੰਦ 'ਚ ਕਿਵੇਂ ਲਾਵਾਂ। ਅਤੇ ਮੈਂ ਝਾੜੂ ਝੂੜੂ ਮਜਾ ਕੇ ਮਾਰਿਆ ਖੇਤ 'ਚ, ਮੋਟਰ ਮਾਟਰ 'ਤੇ? ਨਹੀਂ ਜੀ, ਆਪਣੇ ਘਰ ਦੇ ਜੀ, ਆਪਣੇ ਘਰ 'ਚ ਜੀ, ਮੇਰਾ ਉੱਥੇ ਟਰੈਕਟਰ ਖੜ੍ਹਾ ਜੀ। ਅਤੇ ਜਦੋਂ ਝਾੜੂ ਝੂੜੂ ਮਾਰਿਆ ਉਹ ਆ ਗਿਆ, ਪਤਾ ਨਹੀਂ ਕਿੱਥੋਂ ਆਇਆ ਜੀ, ਗਾਲਾਂ ਗੁਲਾਂ ਦੇਣ ਲੱਗਿਆ ਅਤੇ ਮੈਂ ਤਰਲੋਚਨ ਸਿੰਘ ਜੀ ਗਾਲਾਂ ਕੱਢਣ ਲੱਗ ਗਿਆ ਜੀ। ਮੈਨੂੰ ਪਤਾ ਜੀ, ਪਹਿਲਾਂ ਵੀ ਇਸ ਤਰ੍ਹਾਂ ਕਈ ਵਾਰੀ ਸਾਡੇ ਮਗਰ ਪੈ ਗਏ ਸੀ, ਫਿਰ ਮੈਂ ਤਾਂ ਫਟਾਫਟ ਜਾਣ ਲੱਗਿਆ ਸੀ ਜੀ। ਉਹ ਘਰੋਂ ਜਾ ਕੇ ਡੰਡਾ ਚੁੱਕੇ ਲਿਆਇਆ, ਡੰਡਾ ਚੁੱਕੇ ਮੈਂ ਕਿਹਾ ਪਹਿਲਾਂ ਤਾਂ ਘੂਰੀ ਗਿਆ ਉਹ ਬਸ, ਫਿਰ ਉਹਨੇ ਇਕਦਮ ਇੱਥੇ ਮਾਰੇ, ਤਿੰਨ ਚਾਰ ਇੱਕ ਮਾਰੇ ਇੱਥੇ ਮਾਰੇ। ਤੁਸੀਂ ਬਚਾਅ ਵਿੱਚ ਕੁਛ ਮਾਰਿਆ? ਬਚਾ ਅਤੇ ਮੈਂ ਵੀ ਉਹਦੇ ਉਹੀ ਖੋ ਕੇ ਡੰਡੇ ਡੁੰਡੇ ਮਾਰੀ ਉਹਦੇ ਅਤੇ ਉਹ ਡਿੱਗਿਆ। ਫਿਰ ਮੈਂ ਮੋਟਰਸਾਈਕਲ ਭੱਜ ਕੇ ਚੌਂਕੀ ਚਲਾ ਗਿਆ ਜੀ, ਗਾਜੇ ਪਾਸ। ਮੈਂ ਕਿਹਾ ਜੀ ਮੈਨੂੰ ਮਾਰਨਾ ਪਿਆ। ਇਲਾਜ ਕੇ ਦੌਰਾਨ ਮੌਤ ਹੋਈ ਹੈ? ਹਾਂਜੀ, ਮੈਂ ਤਾਂ ਫਿਰ ਆ ਕੇ ਇਹ ਆਪਣੇ ਹਸਪਤਾਲ ਮੈਂ ਵੀ ਭਰਤੀ ਹੋ ਗਿਆ, ਉਹਨੂੰ ਵੀ ਲਿਆ ਇਹ। ਕਾਰਨ ਮਤਲਬ ਕੀ ਬਣਿਆ ਫਿਰ? ਇਹੀ ਮਤਲਬ ਨਸ਼ੇ ਕਰਕੇ ਹੋਇਆ ਫਿਰ ਤੋਂ ਕਾਰਨ? ਹਾਂ, ਨਸ਼ੇ ਆਈ ਉਹਨੇ ਦਾਰੂ ਪੀ ਰੱਖੀ ਸੀ ਜੀ। ਬਸ ਉਸ ਤੂਤੂ ਮੈਂ ਵਿੱਚ ਹੀ ਉਸਦੀ ਮੌਤ ਹੋ ਗਈ। ਹਾਂਜੀ, ਫਿਰ ਉਹ ਉੱਥੇ ਬਾਗੇ ਜੀ ਉਹਨੂੰ ਅੱਗੇ ਰੈਫਰ ਕਰ ਦਿੱਤਾ। ਕਿੱਥੇ ਲੱਗੀ ਸੀ? ਉਹਦੇ ਸਿਰ 'ਚ ਸੱਟ ਸੀ ਜੀ। ਕੀ ਲੱਗਿਆ ਉਹਦੇ ਸਿਰ 'ਚ? ਮੈਨੂੰ ਕਿਹੜਾ ਪਤਾ ਜੀ, ਮੈਂ ਤਾਂ ਆਪ ਆਪਣੀ ਜਾਨ ਲਗਾਉਂਦਾ ਸੀ ਜੀ। ਫਿਰ ਮੈਂ ਉਹਨਾਂ ਦਾ ਪਤਾ ਲੈਣ ਵੀ ਗਿਆ, ਉਹਦਾ ਕੋਈ ਰਿਸ਼ਤੇਦਾਰ ਉਹ ਵੀ ਮੇਰੇ ਮਾਰ ਕੇ ਇੱਥੇ ਤਿੰਨ ਚਾਰ ਮੁੱਕੀਆਂ ਮਾਰੀਆਂ। ਫਿਰ ਮੈਂ ਜੀ ਫਿਰ ਹੈਲੋ ਇਹ ਤਿੰਨ ਭਰਾ ਨੇਗੇ, ਤਰਲੋਚਨ ਸਿੰਘ, ਹਾਕਮ ਸਿੰਘ ਅਤੇ ਸੱਜੂ ਸਿੰਘ ਜੀ। ਇਹਨਾਂ ਨੂੰ ਚਾਰ ਚਾਰ ਕਨਾਲ ਜਿਹੜੀ ਹੈਗੀ ਹੈ ਜ਼ਮੀਨ ਆਉਂਦੀ ਸੀਗੀ ਅਤੇ ਇਹਦਾ ਜਿਹੜਾ ਭਰਾ ਤਰਲੋਚਨ ਸਿੰਘ ਆ ਉਹ ਕੁਛ ਆਪਣੀ ਜ਼ਮੀਨ ਪਹਿਲਾਂ ਵੇਚ ਗਿਆ ਸੀਗਾ। ਇਹ ਹਕਮ ਸਿੰਘ ਅਤੇ ਸੱਜੂ ਸਿੰਘ ਜਿਹੜੇ ਹੈਗੇ ਸੀ ਇਹਨਾਂ ਕੋਲ ਇਹ ਰਹਿੰਦੇ ਸੀ। ਜਿਹੜਾ ਇਹ ਹਕਮ ਸੱਜੂ ਸਿੰਘ ਸੀ ਉਹ ਛੜਾ ਸੀਗਾ। ਇਹਨਾਂ ਦੀ ਕੁਛ ਜ਼ਮੀਨ ਪਿੱਛੇ ਕਿ ਨਾ ਜਿਹੜੀ ਆਪਣੇ ਦੋਨੇ ਤਰਲੋਚਨ ਸਿੰਘ ਅਤੇ ਹਾਕਮ ਸਿੰਘ ਦੀ ਖੇਤ ਦੇ ਵਿੱਚ ਲੜਾਈ ਹੋ ਗਈ। ਹਾਕਮ ਸਿੰਘ ਨੇ ਸੱਜੂ ਆਪਣੇ ਹਾਕਮ ਸਿੰਘ ਦੇ ਪਹਿਲਾਂ ਤਰਲੋਚਨ ਸਿੰਘ ਨੇ ਡੰਡਾ ਮਾਰਿਆ। ਹਾਕਮ ਸਿੰਘ ਕੋਲ ਕਹੀ ਫੜੀ ਹੋਈ ਸੀਗੀ, ਉਹਨੇ ਇਹਦੇ ਸਿਰ ਵਿੱਚ ਕਹੀ ਮਾਰੀ, ਜਿਹਦੇ ਆਧਾਰ 'ਤੇ 24 ਤਰੀਕ ਨੂੰ ਲੜਾਈ ਹੋਈ ਸੀ ਅਤੇ ਉਸ ਦੇ ਆਧਾਰ 'ਤੇ ਅਸੀਂ ਮੁਕੱਦਮਾ ਨੰਬਰ 137 ਪਹਿਲਾਂ ਦਰਜ ਰਜਿਸਟਰ ਕੀਤਾ ਹੋਇਆ ਸੀਗਾ, 323, 341, 324 ਦੇ ਵਿੱਚ। ਅਤੇ ਪਰਸੋਂ ਜਿਹਦੇ ਦੀ ਤਰਲੋਚਨ ਸਿੰਘ PGI ਦੇ ਵਿੱਚ ਜ਼ੇਰੇ ਇਲਾਜ ਸੀਗਾ, ਦੌਰਾਨੇ ਇਲਾਜ ਉਹਦੀ ਪਰਸੋਂ ਉਹਦੀ ਮੌਤ ਹੋ ਗਈ। ਮੌਤ ਜਿਸ ਦੇ ਆਧਾਰ 'ਤੇ ਅਸੀਂ ਮੁਕੱਦਮੇ ਦੇ ਵਿੱਚ 103 ਆਈ ਜਿਹੜਾ BNS ਤਹਿਤ ਨਵੇਂ ਜਿਹੜੇ ਕਾਨੂੰਨ ਐਕਟ ਬਣੇ ਨੇਗੇ, 302 ਤਾਂ ਪਹਿਲਾਂ ਹੁੰਦੀ ਸੀ ਅਤੇ ਹੁਣ 103 BNS ਤਹਿਤ ਅਸੀਂ ਜਿਹੜਾ ਹੈਗਾ ਮੁਕੱਦਮੇ 'ਚ ਜੁਰਮ ਦੇ ਵਿੱਚ ਵਾਧਾ ਕਰਕੇ ਠੀਕ ਹੈ ਇਹਨੂੰ ਕੱਲ੍ਹ ਅਸੀਂ ਅਰੈਸਟ ਕਰ ਲਿਆ ਸੀਗਾ ਅਤੇ ਇਹਦਾ ਪੁਲਿਸ ਰਿਮਾਂਡ ਲੈ ਆਉਂਦਾ। ਅੱਜ ਇਹਦੇ ਕੋਲੋਂ 2 ਦਿਨ ਦਾ ਪੁਲਿਸ ਰਿਮਾਂਡ ਲੈ ਕੇ ਆਇਆ ਸੀ। ਅੱਜ ਇਹਦੇ ਕੋਲੋਂ ਜਿਹੜੀ ਇਹਨੇ ਲੜਾਈ ਦੌਰਾਨ ਕਹੀ ਵਰਤੀ ਸੀਗੀ ਹੁਣ ਇਹਨੇ ਦੌਰਾਨੇ ਆਪਣੇ ਫਰਦਿੰਗ ਸਾਹਿਬ ਦੇ ਵਿੱਚ ਮੰਨਿਆ ਕਿ ਉਹ ਲਕਾਸ਼ ਪਾ ਕੇ ਰੱਖੀ ਹੈ ਜਿਹੜੀ ਅੱਜ ਅਸੀਂ ਬਰਾਮਦ ਕਰਵਾਉਣੀ ਹੈ। ਠੀਕ ਹੈ, ਅਤੇ ਬਾਕੀ ਰਹੀ ਗੱਲ ਇਹਦੇ ਘਰ ਵਾਲੀ ਹਾਲੇ ਜਿਹੜੀ ਇਸ ਮੁਕੱਦਮੇ ਦੇ ਵਿੱਚ ਪੌੜੀ ਦੇ ਮੁੱਖ ਦੋਸ਼ੀ ਇਹ ਆ ਹਾਕਮ ਸਿੰਘ। ਔਰਤ ਦਾ ਵੀ ਨਾਂ ਉਹਨਾਂ ਨੇ ਵਿੱਚ ਲਿਖਵਾਇਆ। ਹਾਂ ਵੀ ਸਰ, ਉਹਦੀ ਬਾਂਹ ਫੜੀ ਸੀਗੀ ਉਹਨੇ।
ਠੀਕ ਹੈ। ਇਸ ਕਰਕੇ ਹਲੇ ਸਾਡੀ ਤਫਤੀਸ਼ ਆ ਜਿਹੜੀ ਉਹ ਹਲੇ ਜਾਰੀ ਆ, ਅਤੇ ਬਾਕੀ ਰਹੀ ਗੱਲ ਅਸੀਂ ਜਿਹੜੀ ਇਹਨੇ ਵਾਰਦਾਤ ਵਿੱਚ ਵਰਤੀ ਕਹੀ ਸੀਗੀ ਉਹ ਅਸੀਂ ਅੱਜ ਇਹਦੇ ਤੋਂ ਰਿਕਵਰ ਕਰਾਉਣੀ।